ਹਾਂਜੀ ਸਸਤੀ ਗਾ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਵਿੱਚ ਸਵਾਗਤ ਕਰਦੇ ਆਂਗੇ ਅੱਜ ਦੀ ਇਹ ਵੀਡੀਓ ਬਹੁਤ ਖਾਸ ਹੈਗੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜਿਹੜੇ ਨਵੇਂ ਰੂਲ ਆਇਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੂੰਗਾ ਸਾਰੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਓ ਤੇ ਜਦੋਂ ਤੋਂ ਜਿਹੜੇ ਕਾਨੂੰਨ ਆ ਲਾਗੂ ਹੋਣਾ ਉਹ ਮੈਂ ਤੁਹਾਨੂੰ ਸਾਰੇ ਇਸ ਵੀਡੀਓ ਵਿੱਚ ਦੱਸੂੰਗਾ ਬਾਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਤੇ ਆਪਾਂ ਹੁਣ ਆਪਣੇ ਰੂਮ ਦੇ ਵਿੱਚ ਆ ਚੁੱਕਿਆਂਗੇ ਜਿਹੜੀ ਸਾਰੀ ਜਾਣਕਾਰੀ ਆ ਤੁਹਾਨੂੰ ਮੈਂ ਬੀਬੀਸੀ ਨਿਊਜ਼ ਵਾਲਿਆਂ ਦਾ ਜਿਹੜਾ ਆਰਟੀਕਲ ਆਇਆ ਸੀ ਦੋ ਦਿਨ ਪਹਿਲਾਂ ਉਹਦੇ ਉੱਤੋਂ ਪੜ੍ਹ ਕੇ ਜਿਹੜੀ ਸਾਰੀ ਜਾਣਕਾਰੀ ਦਊਂਗਾ ਤੇ ਬਾਕੀ ਤੁਸੀਂ ਸਾਰੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਕਦੋਂ ਤੋਂ ਇਹ ਜਿਹੜੇ ਰੂਲ ਲਾਗੂ ਹੋਣੇਗੇ ਉਹ ਵੀ ਮੈਂ ਤੁਹਾਨੂੰ ਦੱਸੂਗਾ ਬੀਬੀਸੀ ਨਿਊਜ਼ ਵਾਲਿਆਂ ਦੇ ਇਸ ਆਰਟੀਕਲ ਦੇ ਵਿੱਚ ਦੱਸਿਆਗਾ ਜਿਹੜੇ ਕਿ ਗਵਰਨਮੈਂਟ ਨੇ ਵੀਜ਼ਾ ਰਿਕੁਆਇਰਮੈਂਟ ਦੇ ਵਿੱਚ ਚੇਂਜਸ ਕੀਤੇ ਨੇ ਤੇ ਉਹਦੇ ਵਿੱਚ ਜਿਵੇਂ ਉਹਨਾਂ ਨੇ ਕਾਫੀ ਜਿਹੜੇ ਪੁਆਇੰਟ ਆਗੇ ਉਹ ਸਾਂਝੇ ਕੀਤੇ ਹੈਗੇ ਇੱਕ ਤਾਂ ਉਹਨਾਂ ਨੇ ਇਹ ਦੱਸਿਆਗਾ ਵੀ ਪਿਛਲੇ ਸਾਲ ਦੇ ਵਿੱਚ 7 ਲੱਖ 45 ਹਜ਼ਾਰ ਮਾਈਗ੍ਰੈਂਟਸ ਯੂਕੇ ਦੇ ਵਿੱਚ ਆ ਗਏ ਸੀ ਇੱਕ ਸਾਲ ਦੇ ਵਿੱਚ ਤੇ ਉਹ ਇਹ ਨੰਬਰ ਨੂੰ ਘਟਾਉਣਾ ਚਾਹੁੰਦੇ ਆਗੇ ਤੇ ਉਹਦੇ ਲਈ ਉਹਨਾਂ ਨੇ ਜਿਹੜੇ ਪੁਆਇੰਂਟਸ ਕੁਝ ਸਾਂਝੇ ਕੀਤੇ ਆਗੇ ਜਿਹੜੇ ਉਹਨਾਂ ਨੇ ਰੂਲ ਚੇਂਜ ਕੀਤੇ ਆਗੇ ਉਹਨਾਂ ਵਿੱਚੋਂ ਇੱਕ ਤਾਂ ਉਹਨਾਂ ਨੇ ਜਿਹੜਾ ਸੈਲਰੀ ਹੈਗੀ ਸਕਿਲਡ ਵਰਕਰ ਵੀਜ਼ਾ ਦੀ ਉਹ ਵਧਾ ਦਿੱਤੀ ਹੈਗੀ ਜਿਹੜੀ ਕੀ ਹੁਣ 26200 ਪਾਉਂਡ ਆ ਗਈ ਇੱਕ ਸਾਲ ਦੀ ਜਾਂ 10 ਪਾਉਂਡ 75 ਪੈਨੀ ਇੱਕ ਘੰਟੇ ਦੇ ਹਿਸਾਬ ਨਾਲ ਆ ਗਈ ਤੇ ਉਹ 38700 ਪਾਉਂਡ ਇੱਕ ਸਾਲ ਦੀ ਕਰ ਦਿੱਤੀ ਹੈਗੀ ਅਗਲੇ ਸਾਲ ਤੋਂ ਮਾਰਚ ਅਪ੍ਰੈਲ ਤੋਂ ਜਿਹੜੇ ਨਿਯਮ ਲਾਗੂ ਹੋ ਜਾਣਗੇ ਸਪ੍ਰਿੰਗ ਤੋਂ ਤੇ ਬਾਕੀ ਉਹਨਾਂ ਨੇ ਇਹਦੇ ਵਿੱਚ ਨਾ ਤਾਂ ਹੋਮ ਕੇਅਰ ਵਾਲੇ ਜਿਹੜੇ ਹੈਲਥ ਵਾਲੇ ਜਿਹੜੇ ਵੀਜ਼ੇ ਆਗੇ ਉਹ ਇਨਕਲੂਡ ਕੀਤੇ ਆ ਨਾ ਇਹਦੇ ਵਿੱਚ ਟੀਚਰ ਇਨਕਲੂਡ ਕੀਤੇ ਆਗੇ ਤੇ ਬਾਕੀ ਇਹਨਾਂ ਨੇ ਜਿਹੜਾ ਮਿਨੀਮਮ ਇਨਕਮ ਰਿਕੁਆਇਰਮੈਂਟ ਆ ਕੀ ਫੈਮਿਲੀ ਵੀਜ਼ੇ ਦੀ ਉਹ ਵੀ ਵਧਾ ਦਿੱਤੀ ਹੈਗੀ ਜਮੇ ਕੋਈ ਬ੍ਰਿਟਿਸ਼ ਸਿਟੀ ਜਾਣਾਗਾ ਤੇ ਉਹ ਆਪਦੇ ਫੈਮਿਲੀ ਮੈਂਬਰ ਨੂੰ ਜਾਂ ਆਪਦੇ ਪਾਰਟਨਰ ਨੂੰ ਬੁਲਾਉਣਾ ਚਾਹੁੰਦਾਗਾ ਤਾਂ ਉਹਨੂੰ ਆਪਦੀ ਇਨਕਮ ਸ਼ੋਅ ਕਰਨੀ ਪੈਂਦੀ ਸੀਗੀ 18000 ਪਾਉਂਡ ਤੇ ਉਹ ਵੀ ਇਹਨਾਂ ਨੇ ਵਧਾ ਕੇ 38700 ਪਾਉਂਡ ਕਰ ਦਿੱਤੀ ਹੈਗੀ ਤੇ ਇਹ ਸਾਰੇ ਨਿਯਮ ਸਪ੍ਰਿੰਗ ਤੋਂ ਲਾਗੂ ਹੋਣਗੇ ਤੇ ਬਾਕੀ ਉਹਨਾਂ ਨੇ ਬਿਲਕੁਲ ਬੈਨ ਲਾ ਦਿੱਤਾਗਾ ਕੇਅਰ ਵਰਕਰ ਵੀਜ਼ੇ ਤੇ ਜਿਹੜੇ ਕਿ ਆਪਦੇ ਡਿਪੈਂਡੈਂਸ ਨੂੰ ਨਾਲ ਲੈ ਕੇ ਆਉਂਦੇ ਸੀਗੇ ਯੂਕੇ ਦੇ ਵਿੱਚ ਤੇ ਉਹਦੇ ਉੱਤੇ ਇਹਨਾਂ ਨੇ ਰੋਕ ਲਾ ਦਿੱਤੀ ਹੈਗੀ ਤੇ ਕੋਈ ਵੀ ਹੋਮ ਕੇਅਰ ਵਾਲਾ ਆਪਦੇ ਜਿਹੜੇ ਡਿਪੈਂਡੈਂਸ ਨੂੰ ਨਾਲ ਨਹੀਂ ਲੈ ਕੇ ਆ ਸਕਦਾ ਜਿੰਮੇ ਕੋਈ ਇਕੱਲਾ ਜਿਹਨੂੰ ਵੀਜ਼ਾ ਮਿਲਿਆਗਾ ਉਹੀ ਆਪਦਾ ਆ ਸਕਦਾਗਾ ਤੇ ਨਾਲ ਕੋਈ ਕਿਸੇ ਡਿਪੈਂਡੈਂਟ ਨੂੰ ਨਹੀਂ ਲੈ ਕੇ ਆ ਸਕਦਾ ਏ ਵੀ ਇਹਨਾਂ ਨੇ ਇਸ ਲਈ ਚੇਂਜ ਕੀਤਾਗਾ ਕਿਉਂਕਿ ਇਹਨਾਂ ਨੇ ਦੇਖਿਆ ਸਪਟੰਬਰ ਤੱਕ ਇੱਕ ਸਾਲ ਦੇ ਵਿੱਚ 1 ਲੱਖ 1000 ਵੀਜ਼ਾ ਤਾਂ ਇਹਨਾਂ ਨੇ ਕੇਅਰ ਵਰਕਰਜ਼ ਲਈ ਜਾਰੀ ਕੀਤਾ ਸੀ ਤੇ ਬਾਕੀ ਜਿਹੜੇ ਉਹਨਾਂ ਨਾਲ ਡਿਪੈਂਡੈਂਸ ਆਏ ਆਗੇ ਉਹ 1 ਲੱਖ 2000 ਵੀਜ਼ਾ ਗ੍ਰਾਂਟ ਹੋ ਗਏ ਇਹਨਾਂ ਨੇ ਦੇਖਿਆ ਵੀ ਜਿਹੜੇ ਕੇਅਰ ਵਰਕਰ ਆ ਵੀ ਉਹ ਤਾਂ ਘੱਟ ਆ ਰਹੇ ਆਗੇ ਤੇ ਡਿਪੈਂਡੈਂਸ ਜ਼ਿਆਦਾ ਆ ਰਹੇ ਆਗੇ ਤਾਂ ਹੀ ਉਹਨਾਂ ਨੇ ਇਹਦੇ ਵਿੱਚ ਚੇਂਜ ਕੀਤਾਗਾ ਤੇ ਹੁਣ ਇਕੱਲਾ ਜਿਹੜਾ ਕੇਅਰ ਹੋਮ ਦੇ ਵੀਜ਼ੇ ਤੇ ਉਹ ਜਿਹਨੂੰ ਮਿਲਿਆਗਾ ਉਹੀ ਆ ਸਕਦਾ ਤੇ ਨਾਲ ਕੋਈ ਡਿਪੈਂਡੈਂਟਸ ਨਹੀਂ ਲੈ ਕੇ ਆ ਸਕਦਾ ਤੇ ਜਿਹੜਾ ਇਹਨਾਂ ਨੇ ਸੈਲਰੀ ਡਿਸਕਾਊਂਟ ਸੌਰਟੇਜ ਅਕੁਪੇਸ਼ਨ ਤੇ ਲੱਗਿਆ ਹੋਇਆ ਸੀਗਾ ਤੇ ਉਹ ਵੀ ਇਹਨਾਂ ਨੇ ਹਟਾ ਦਿੱਤਾਗਾ ਤੇ ਬਾਕੀ ਹੈਲਥ ਕੇਅਰ ਜਿਹੜਾ ਸੀਗਾ ਸਰਚਾਰਜ ਸੀਗਾ ਉਹ ਵੀ ਇਹਨਾਂ ਨੇ ਇਨਕਰੀਜ਼ ਕਰ ਦਿੱਤਾਗਾ ਜਮੇ ਕਿ ਆਪਾਂ ਪਹਿਲਾਂ ਐਨ ਐਚ ਐਸ ਜਿਹੜੀ ਫੀਸ ਆਪਾਂ ਪੇ ਕਰਦੇ ਹੁੰਦੇ ਸੀਗੇ ਹਾਂ ਹੈਲਥ ਦੇ ਹੈਲਥ ਹੈ ਜਿਹੜਾ ਇੰਸ਼ੋਰੈਂਸ ਆਪਾਂ ਕਹਿ ਦਿੰਨੇ ਹਾਂਗੇ ਤੇ ਉਹ ਵੀ ਇਹਨਾਂ ਨੇ ਜਮੇ ਅੱਗੇ ਆਪਾਂ ਭਰਦੇ ਸੀਗੇ 624 ਪਾਉਂਡ ਤੇ ਉਹ ਵੀ ਇਹਨਾਂ ਨੇ ਇਨਕਰੀਜ਼ ਕਰਕੇ 1035 ਪਾਉਂਡ ਕਰ ਦਿੱਤੇ ਹੈਗੇ ਤੇ ਬਾਕੀ ਉਹਨਾਂ ਨੇ ਸਟੂਡੈਂਟਸ ਗ੍ਰੈਜੂਏਟ ਵੀਜ਼ਾ ਉਹ ਵੀ ਰਿਵਿਊ ਦੇ ਵਿੱਚ ਪਾ ਦਿੱਤਾਗਾ ਜਿਹੜੇ ਕੀ ਗ੍ਰੈਜੂਏਟ ਵਾਲੇ ਤੇ ਮਾਸਟਰਸ ਵਾਲੇ 2 ਸਾਲ ਦਾ ਪੀਐਸਡਬਲਉ ਲੈਂਦੇ ਸੀਗੇ ਆਪਣੀ ਸਟੱਡੀ ਕੰਪਲੀਟ ਕਰਕੇ ਤੇ ਜਿਹੜੇ ਪੀਐਚਡੀ ਵਾਲੇ ਉਹ ਆਪਦਾ 3 ਸਾਲ ਦਾ ਪੀਐਸਡਬਲਉ ਲੈਂਦੇ ਸੀਗੇ ਤੇ ਉਹ ਵੀ ਇਹਨਾਂ ਨੇ ਰਿਵਿਊ ਦੇ ਵਿੱਚ ਪਾ ਦਿੱਤਾ ਉਹਦੇ ਤੇ ਵੀ ਹੋਣਾ ਜਿਹੜਾ ਮੁੱਦਾ ਉਹਨਾਂ ਨੇ ਉਠਾਉਣਾਗਾ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਨੇ ਦੇਖਿਆ ਕਿ 90000 ਜਿਹੜੇ ਵੀਜ਼ਾ ਗਏ ਉਹ ਗ੍ਰਾਂਟ ਹੋਏ ਆਗੇ ਜੂਨ ਤੱਕ ਜਿਹੜਾ ਇਸ ਸਾਲ ਦੇ ਵਿੱਚ ਵਿੱਚ ਤੇ ਉਹ ਸਾਰਾ ਹੁਣ ਉਹਦੇ ਤੇ ਵੀ ਇਹਨਾਂ ਨੇ ਜਿਹੜਾ ਅ ਮੁੱਦਾ ਉਠਾਉਣਾਗਾ ਹੋ ਸਕਦਾ ਵੀ ਉਹ ਇਹ ਬੰਦ ਕਰ ਸਕਦੇ ਆਗੇ ਕਿਉਂਕਿ ਇਹਨਾਂ ਨੇ ਆਪ ਦਾ ਜਿਹੜਾ ਮਾਈਗ੍ਰੈਂਟਸ ਦਾ ਜਿਹੜਾ ਨੰਬਰ ਆਗਾ ਉਹ ਘਟਾਉਣਾਗਾ ਬਾਕੀ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਵੀ ਮੂਰੇ ਵੋਟ ਆਉਣ ਵਾਲੀਆਂ ਆਈਆਂ ਤੇ ਰਿਸਿਸ ਨੂੰ ਕਿੰਨੂੰ ਇਦਾਂ ਵੀ ਮੈਂ ਜੇ ਦੁਬਾਰੇ ਪ੍ਰਾਈਮ ਮਿਨਿਸਟਰ ਬਣਨਾਗਾ ਤਾਂ ਮੈਨੂੰ ਜਿਹੜੀ ਇਹਦੇ ਵਿੱਚ ਸਖਤਾਈ ਕਰਨੀ ਪੂਗੀ ਮਾਈਗ੍ਰੈਂਟਸ ਦੇ ਜਿਹੜਾ ਨੰਬਰ ਆ ਉਹ ਘਟਾਉਣਾ ਪਊਗਾ ਇਸ ਕਰਕੇ ਹੀ ਇਹ ਵੀਜ਼ਾ ਰਿਕੁਆਇਰਮੈਂਟ ਦੇ ਵਿੱਚ ਚੇਂਜ ਕਰ ਰਹੇ ਨੇ ਇਹ ਜਿੰਨੇ ਵੀ ਚੇਂਜਸ ਕੀਤੇ ਨੇ ਵੀਜ਼ੇ ਦੇ ਵਿੱਚ ਇਹ ਅਗਲੇ ਸਾਲ ਦੇ ਵਿੱਚ ਸਪ੍ਰਿੰਗ ਤੋਂ ਲਾਗੂ ਹੋਣਗੇ ਮਾਰਚ ਅਪ੍ਰੈਲ ਤੋਂ ਇੱਥੇ ਬਾਰ ਖਤਰੀ ਲੈ ਕੇ ਤੁਰਨਾ ਪੈਂਦਾ ਰੋਜ਼ ਨਹੀਂ ਆਈ ਰਹਿੰਦਾ ਜਾਂ ਜਾਂ ਤੇ ਸਬੋਤ ਏਰੀਆ ਕਦੇ ਵੀ ਪੈ ਰਿਹਾਗਾ ਇੱਥੇ ਬਸ ਇਦਾਂ ਹੀ ਚੱਲਦਾ ਰਹਿੰਦਾ ਤੇ ਖਤਰੀ ਨਾਲ ਹੀ ਰੱਖਣੀ ਪੈਂਦੀ ਹੈ ਜੀ ਤੇ ਬਾਕੀ ਤੁਸੀਂ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪ ਵੀ ਨਾ ਹੋਰ ਆਉਣ ਵਾਲੀਆਂ ਵੀਡੀਓਜ਼ ਲਈ ਆਪ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲੋ ਜੀ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੇ ਉਦੋਂ ਤੱਕ ਸਾਰੇ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ